ਅਸਲਾਮੁ ਅਲੈਕਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਲੱਗੇ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਸਾਡੇ ਵੀਰਾਂ ਤੱਕ ਬਆਸਾਨੀ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਅਨਮੋਲ ਚੈਨਲ ਤੇ ਆਪਣੇ ਵੀਰਾਂ ਲਈ ਇੱਕ ਦੂਜਨ ਚੋਟੀ ਦੀ ਵੀਡੀਓ ਲੈ ਕੇ ਆਏ ਹਾਂ। ਨੀਲੀ ਦਾ ਬ੍ਰਾਂਡ ਹੈ, ਸ਼ਾਹਕਾਰ ਤੋਹਫਾ ਹੈ। ਇਨਸ਼ਾਅੱਲਾ ਮੇਰੇ ਵੀਰ ਜਾਨਵਰ ਦੇਖਣਗੇ ਤੇ ਰੂਹ ਖੁਸ਼ ਹੋ ਜਾਏਗੀ। ਮਾਕੂਲ ਕੀਮਤ ਜਾਨਵਰ ਅਨਮੋਲ ਹੀਰਾ, ਕੈਮਰਾਮੈਨ ਸਾਹਿਬ ਕਰਾਉਣਗੇ ਤਸੱਲੀਆਂ। ਦੂਸਰਾ ਸੁਭਾਅ ਇਸ ਚੋਟੀ ਨੇ ਸੋਹਣਾ, ਸਫੈਦ ਚਿੱਟੀ ਆਖੇ, ਐਨਰਜੀ ਸਿਵਰ ਵਰਗੀ, ਬੱਲਾ ਮੱਥਾ, ਸਿਰ ਦੀ ਥੋੜ੍ਹਾ ਜਿਹੀ ਸਾਦੀ ਹੈ, ਬਾਕੀ ਮਾਸ਼ਾਅੱਲਾ ਪੂਰੇ ਜਿਸਮ 'ਤੇ ਪਸ਼ਮ ਹੈ, ਹੱਡੀ ਹੈ, ਥਣ ਮੁੱਠ ਮੁੱਠ ਲੱਗਿਆ, ਮਰਲੇ ਮਰਲੇ ਦੀਆਂ ਵੰਡਾਂ ਨੇ, ਫੁੱਟ ਫੁੱਟ ਹਵਾਨਾ ਬਾਹਰ, ਖੂਬਸੂਰਤ ਹੈ, ਤੁਲੀ ਕੌੜੀ ਦਾ ਨਿਸ਼ਾਨ ਤੱਕ ਨਹੀਂ ਹੈ। ਮਾਸ਼ਾਅੱਲਾ ਕੱਦ ਪੂਰਾ, ਬੇਲ ਚੰਗੀ, ਪਿਛਲੇ ਖੁਰ ਵੀ ਸਫੈਦ ਨੇ ਚੋਟੀ ਦੇ। ਦੂਸਰਾ ਸੁਭਾਅ ਇਸ ਚੋਟੀ ਨੇ ਸੁਣਿਆ, 14 ਕਿਲੋ ਦੁੱਧ ਗਰੰਟੀ ਦੇ ਨਾਲ ਚੁਆਵਾਂਗੇ, ਤਾਜ਼ਾ ਸੂਈ ਹੋਈ ਦਾ। ਅਗਰ ਕਿਸੇ ਵੀਰ ਨੂੰ ਕੋਈ ਡਾਊਟ ਹੋਏ, 50,000,00,000 ਬਿਆਨਾ ਕਰਕੇ ਉਹ ਚੋਟੀ ਰੋਕ ਸਕਦਾ, ਅਸੀਂ ਇਨਸ਼ਾਅੱਲਾ 14 ਕਿਲੋ ਗਰੰਟੀ ਨਾਲ ਚੁਆ ਕੇ ਦਿਆਂਗੇ, ਬਿਨਾਂ ਖਲ ਤੋਂ, ਬਿਨਾਂ ਵੰਡੇ ਤੋਂ, ਸਿਰਫ ਪੱਠਿਆਂ 'ਤੇ 14 ਕਿਲੋ ਚੁਆ ਕੇ ਦਿਆਂਗੇ ਗਰੰਟੀ ਦੇ ਨਾਲ। ਪਿਓਰ ਨੀਲੀ ਦੀ ਚੋਟੀ ਹੈ। ਦੂਸਰਾ ਸੁਭਾਅ ਇਸ ਚੋਟੀ ਨੇ ਸੁਣਿਆ, ਮਾਸ਼ਾਅੱਲਾ 21,000 ਪੂਰੇ ਮੁੱਠ ਮੁੱਠ ਥਣ ਲੱਗਿਆ ਹੋਇਆ, ਥਣਾਂ ਦੀਆਂ ਵੰਡਾਂ ਪੂਰੀਆਂ ਨੇ, ਖੂਬਸੂਰਤ ਹੈ, ਅਨਮੋਲ ਹੀਰਾ ਜਨਾਬ, ਅਨਮੋਲ ਚੈਨਲ ਦੀ ਜ਼ੀਨਤ ਹੈ। ਪਤਲੀ ਬਰੀਕ ਧਾਗੇ ਵਰਗੀ ਪੂਛਲ, ਮਾਸ਼ਾਅੱਲਾ ਖੂਬਸੂਰਤ ਖੀਰੀ ਵਾਲਾ ਹਵਾਨਾ, ਥੋੜ੍ਹਾ ਜਿਹਾ ਡਰ ਰਹੀ ਹੈ ਮੱਝ ਕੈਮਰੇ ਤੋਂ, ਕੋਸ਼ਿਸ਼ ਕਰਾਂਗੇ ਕਿ ਅੱਛੇ ਤਰੀਕੇ ਨਾਲ ਦਿਖਾ ਸਕੀਏ। ਇਹਨੂੰ ਬਾਈ ਖਾ ਲੈਂਦਾ, ਭੱਜੇਗੀ ਤਾਂ ਹੈਗੀ ਬਾਹਰ, ਹਾਂ ਮਾੜਾ ਖੋਲ ਕੇ ਨਾ ਇਹਨੂੰ ਤੋੜ ਕੇ ਦਿਖਾ ਦੇ। ਪੱਖੀ ਛੋਟੀ ਮਾਸ਼ਾਅੱਲਾ, ਅੱਡੀ ਇੱਕ ਪੁੱਠਾ ਬੜਾ ਪਿਆਰਾ, ਮਾਸ਼ਾਅੱਲਾ ਖੂਬਸੂਰਤ ਥੱਪੇ ਦਾ ਹਵਾਨਾ ਜਿਹਨੂੰ ਕਹੀ ਦੇ, ਹਾਲੇ 5 ਤੋਂ 7 ਦਿਨ ਚੋਟੀ ਨਹੀਂ ਸੁਣਦੀ, ਹੁਣੇ ਨਾਲ ਹੀ ਫੁੱਟ ਫੁੱਟ ਹਵਾਨਾ ਬਾਹਰ ਕੱਢਿਆ ਹੋਇਆ। ਮਾਸ਼ਾਅੱਲਾ ਖੂਬਸੂਰਤ ਅਨਮੋਲ ਹੀਰਾ, ਅਨਮੋਲ ਚੈਨਲ ਦੀ ਜ਼ੀਨਤ। ਬਸ ਲੈ ਆਓ ਵਾਪਸ, ਕੈਮਰਾਮੈਨ ਥੋੜ੍ਹਾ ਨਾ ਬੁਲਾ ਕੇ ਆ ਕੇ ਨਾ ਹੋਰ ਭਰੇ। ਦੂਸਰਾ ਸੁਭਾਅ ਇਸ ਚੋਟੀ ਨੇ ਸੁਣਿਆ, ਇਹ ਸੂਣ ਦੇ ਵਿੱਚ ਕਿੰਨੇ ਦਿਨ ਲੈਂਦੀ ਹੈ, ਪਿਛਲੇ ਸੂਬੇ ਦਾ ਦੁੱਧ ਦਾ ਕੀਰ ਕਾਰਡ ਹੈ। ਚਾਚਾ ਤੁਸੀਂ ਜਾਓ, ਜਾ ਕੇ ਬਣਾਇਆ ਜੇ ਮਾੜਾ ਚੋਟੀ ਫਾੜ ਕੇ ਉਹਦੇ ਬੰਦ ਪੈੜਾ ਪਕੜ ਲੋ ਇਹਨੂੰ ਆ
ਆਜਾ ਕਰਮਾ ਵਾਲੀਏ। ਕੈਮਰਾਮੈਨ ਸਾਹਿਬ ਕੋਸ਼ਿਸ਼ ਕਰਕੇ ਜ਼ਰਾ ਹਵਾਨੇ ਦੀ ਇੱਕ ਦਫ਼ਾ ਫਿਰ ਤਸੱਲੀ ਕਰਵਾ ਦਿਓ। ਦੂਸਰਾ ਸੂਆ ਇਸ ਚੋਟੀ ਨੇ ਸੁਣਿਆ, ਅਨਮੋਲ ਚੈਨਲ ਦੀ ਜ਼ੀਨਤ ਹੈ ਚੋਟੀ, ਸ਼ਾਹਕਾਰ ਤੋਹਫ਼ਾ। ਲਓ ਜੀ ਦੋਸਤੋ, ਜਾਨਵਰ ਦੇਖ ਲਿਆ, ਹੁਣ ਬੁਲਾਉਂਦੇ ਹਾਂ ਮਾਲਕ ਨੂੰ ਅਤੇ ਮਜ਼ੀਦ ਸਾਰੀਆਂ ਗੱਲਾਂ ਉਹਨਾਂ ਕੋਲੋਂ ਪੁੱਛ ਲੈਂਦੇ ਹਾਂ। ਆ ਜਾਓ ਬਾਈ ਖਾਲਦ, ਅਸਲਾਮ ਅਲੈਕੁਮ ਬਾਈ ਖਾਲਦ, ਕੀ ਹਾਲ ਚਾਲ? ਤਬੀਅਤ ਸੇ ਠੀਕ ਹੈ ਜੀ, ਸ਼ੁਕਰ ਅਲਹਮਦੁਲਿਲਾਹ। ਅੱਛਾ ਖਾਲਦ ਬਾਈ, ਜਿਹੜੀ ਚੋਟੀ ਦਿਖਾਈ ਕੈਮਰਾਮੈਨ ਨੇ, ਇਹਨੇ ਕਿੰਨਵਾਂ ਸੂਆ ਸੁਣਿਆ ਅਤੇ ਸੁਣ 'ਚ ਕਿੰਨੇ ਦਿਨ ਲੈਂਦੀ? ਇਹ ਦੂਜਾ ਸੂਆ ਇਹਨੇ ਫੈਸਲ ਬਾਈ ਸੁਣਿਆ, ਗਰੰਟੀ ਨਾਲ ਠੀਕ ਹੋ ਗਿਆ ਜੀ। ਦਿਨ ਤਕਰੀਬਨ ਅਜੇ 5 ਕੁ ਲੱਗ ਜਾਏਗੀ, ਬਾਕੀ ਅੱਲਾ ਦੀ ਮਰਜ਼ੀ ਹੈਗਾ। ਹਾਲੇ ਨਹੀਂ ਕੋਈ ਯਾਰ ਮਲੂਮ ਨਹੀਂ ਹੋ ਰਿਹਾ, ਨਹੀਂ ਨਹੀਂ ਬਸ ਸੁਣ ਦਾ ਕੋਈ ਨਹੀਂ, ਮਲੂਮ 5-10 ਦਿਨ ਵੀ ਲੈ ਸਕਦੀ ਆ, ਬਿਲਕੁਲ ਲੈ ਸਕਦੀ। ਠੀਕ ਹੋ ਗਿਆ ਜੀ। ਅੱਛਾ ਖਾਲਦ ਬਾਈ, ਪਿਛਲੇ ਸੂਏ ਦਾ ਦੁੱਧ ਦਾ ਕੋਈ ਰਿਕਾਰਡ, ਕਿੰਨਾ ਦੁੱਧ ਕਰਦੀ ਨਹੀਂ ਚੋਟੀ? ਪਿਛਲੇ ਸੂਏ 14 ਲੀਟਰ ਕਰਦੀ ਨੇ। ਐਤਕੀ ਆਪਾਂ 14 ਕਿਲੋ ਸੂਣ ਤੋਂ ਕਿੰਨੇ ਦਿਨਾਂ ਬਾਅਦ ਚੁਆ ਸਕਦੇ? ਅਗਰ ਕੋਈ ਭਰਾ ਡਿਮਾਂਡ ਕਰਦਾ ਕਿ ਬਾਈ ਜੀ ਅਸੀਂ ਸੂਈ ਮਾਈ ਅਤੇ ਅਸੀਂ 14 ਕਿਲੋ ਪੂਰਾ ਕਰਕੇ ਲਿਜਾਣਾ, 10 ਦਿਨ ਬਾਅਦ, 15 ਦਿਨ ਬਾਅਦ, 20 ਦਿਨ ਬਾਅਦ, ਕਿੰਨੇ ਦਿਨਾਂ ਬਾਅਦ ਆਪਾਂ 14 ਕਿਲੋ ਚੁਆ ਸਕਦੇ ਹਾਂ? ਅਸਲ ਬਾਈ ਮੱਝਾਂ ਅਸਲ ਦੁੱਧ ਤੇ ਦਾ ਕੀ ਆਬਾਦੀ ਚੜ੍ਹਦੀ ਹੈ, ਕਿੰਨੇ ਦਿਨ ਤੋਂ ਬਾਅਦ? ਪਹਿਲੇ ਤਾਂ ਹੁੰਦਾ, ਲੇਕਿਨ ਇਨਸ਼ਾਅੱਲਾ 10 ਦਿਨਾਂ ਬਾਅਦ ਹੀ ਆਪਾਂ 12 ਲੀਟਰ ਚੁਆ ਦੇਵਾਂਗੇ। ਠੀਕ ਹੋ ਗਿਆ, ਠੀਕ ਹੋ ਗਿਆ। 12 ਲੀਟਰ ਅਗਰ ਕੋਈ ਕਹੇਗਾ ਵੀ 14 ਹੀ ਚੋਣਾਂ ਦੇਖੀਆਂ, ਦਿਨਾਂ ਬਾਅਦ 14 ਤੋਂ ਆਪਾਂ 15 ਚੁਆ ਦੇਵਾਂਗੇ ਇਨਸ਼ਾਅੱਲਾ। ਬਿਲਕੁਲ ਠੀਕ ਹੋ ਗਿਆ। ਅੱਛਾ ਖਾਲਦ ਬਾਈ, ਚੋਟੀ ਆਪਣੀ ਭਾਰ ਤਾਂ ਨਹੀਂ ਪਾਉਂਦੀ ਥਣਾ 'ਚ? ਕੋਈ ਵਾਧਾ ਕਿਸੇ ਕਿਸਮ ਦੀ ਕੋਈ ਵਾਧਾ ਘਾਟਾ ਹੋਏ ਆਪਾਂ ਇਹਨਾਂ ਜ਼ਿੰਮੇਦਾਰ ਹੋਵਾਂਗੇ। ਬਿਲਕੁਲ ਠੀਕ, ਬਾਕੀ ਚੀਜ਼ ਤਾਂ ਆਪਣੀ ਵੇਖ ਲਈ, ਮਾਸ਼ਾਅੱਲਾ ਚੱਡਾ ਚੋਟੀ, ਮਾਸ਼ਾਅੱਲਾ ਸੋਹਣੀ ਹੈ, ਬਰੀਕ ਹੈ ਕੱਢੀ ਦੀ ਮੈਂ ਤੇ ਬਸ ਸਰਕਾਰ ਨਾਲ ਸੁਆ ਵੀ ਸ਼ਾਰਟ ਹੈ, ਸੁਆ ਵਾਕਈ ਸ਼ਾਰਟ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤੇ ਮੈਂ ਤੁਹਾਨੂੰ ਕਹਿਣਾ ਵੀ ਤਾਰੀਫ ਦਾ ਜਿਹੜਾ ਨਾ ਮੁੱਲ ਨਹੀਂ ਕਰਨਾ, ਮੁਹੱਬਤ ਪਿਆਰ ਵਾਲੀ ਜਿਹੜੀ ਡਿਮਾਂਡ ਹੈ, ਕਿਉਂਕਿ ਹੁਣ ਤਾਂ ਨਾ ਲੋਕਾਂ ਨੇ ਪਤਾ ਨਹੀਂ ਕੀ ਮਸਲਾ, ਜਿਹੜੀਆਂ ਬਾਖੜੀਆਂ ਉਹਨਾਂ ਦਾ ਵੀ 3 ਤੋਂ ਸਟਾਰਟ ਕਰਦੇ ਨੇ ਜੀ, ਇਹ ਮੇਰੀ 3,10,000 ਦੀ, 3,20,000 ਦੀ, ਇੱਥੋਂ ਲੋਕ ਸਟਾਰਟ ਕਰਦੇ ਨੇ, ਸਮਝੋ ਹੀ ਗੱਲ ਬਾਹਰ ਹੋਈ ਖੜੀ ਹੈ। ਲੇਕਿਨ ਮੁਹੱਬਤ ਪਿਆਰ ਵਾਲਾ ਮੁੱਲ ਹੋਣਾ ਚਾਹੀਦਾ, ਜਾਨਵਰ ਤੇਰਾ ਸੋਹਣਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਮੁਹੱਬਤ ਪਿਆਰ ਵਾਲਾ ਮੁੱਲ ਫੈਸਲ ਬਾਈ ਇਹਦਾ, ਇਹ ਮੰਗਣ ਦਾ 3 ਵੀ ਮੰਗ ਲਏ, ਲੇਕਿਨ ਆਪਾਂ 2,65,000 ਦੀ ਜੁੜ ਦੇ, 2,65,000 ਦੀ ਦੇ ਦੋ। ਖਾਲਦ ਬਾਈ, ਇਹਦੇ ਵਿੱਚ ਕੋਈ ਭਰਾ ਆਪਣੇ ਕੋਲ ਚੱਲ ਕੇ ਆ ਜਾਏ, ਕੋਈ ਥੋੜ੍ਹੀ ਬਹੁਤੀ ਮੁਹੱਬਤ ਹੋ ਜਾਏਗੀ? ਕਰਦੇ ਹਾਂ, ਠੀਕ ਹੋ ਗਿਆ। 5,000 ਫਾਈਨਲ, 2,60 ਦੀ ਆਪਾਂ ਦੇਣੀ। ਬਹੁਤ ਸ਼ੁਕਰੀਆ, ਮਿਹਰਬਾਨੀ ਜਨਾਬ ਕੈਮਰਾਮੈਨ ਸਾਹਿਬ, ਇੱਕ ਦਫ਼ਾ ਫਿਰ ਜ਼ਰਾ ਦਿਖਾਇਆ ਜੇ। ਲਓ ਜੀ ਦੋਸਤੋ, ਦੂਸਰਾ ਸੂਆ ਇਸ ਚੋਟੀ ਨੇ ਸੁਣਿਆ, ਪਹਿਲੇ ਸੂਏ 14 ਲੀਟਰ ਦੁੱਧ ਕਰਦੀ ਰਹੀ ਹੈ, 2,65,000 ਰੁਪਇਆ ਡਿਮਾਂਡ ਕੀਤੀ ਹੈ, 5 ਤੋਂ 7 ਦਿਨ ਸੂਣ ਦੇ ਵਿੱਚ ਲੈਂਦੀ ਹੈ। ਅਗਰ ਕੋਈ ਵੀਰ ਕਹਿੰਦਾ ਕਿ ਸਾਨੂੰ ਡਾਊਟ ਹੈ, ਸਾਨੂੰ ਦੁੱਧ ਚੁਆ ਕੇ ਦਿਓ, 10 ਦਿਨ ਬਾਅਦ 12 ਲੀਟਰ ਚੁਆਵਾਂਗੇ, 21 ਦਿਨ ਬਾਅਦ 14 ਲੀਟਰ ਦੁੱਧ ਗਰੰਟੀ ਦੇ ਨਾਲ ਚੁਆਵਾਂਗੇ, 2,60,000 ਰੁਪਇਆ ਇਹਦਾ ਫਾਈਨਲ ਹੈ। ਲੋਕੇਸ਼ਨ ਆਪਣੇ ਵੀਰਾਂ ਨੂੰ ਦੱਸ ਦਈਏ, ਜ਼ਿਲ੍ਹਾ ਪਾਕਪਤਨ, ਤਹਿਸੀਲ ਆਰੀਫਵਾਲਾ, ਆਰੀਫਵਾਲਾ ਤੋਂ 25 ਤੋਂ 30 ਕਿਲੋਮੀਟਰ ਦੇ ਫਾਸਲੇ 'ਤੇ, ਕਲਿਆਣੇ ਰੋਡ 'ਤੇ ਜਨਾਬ, ਦਰਿਆ ਸਤਲੁਜ ਦੇ ਬਿਲਕੁਲ ਨਜ਼ਦੀਕ ਚੋਟੀ ਖੜ੍ਹੀ ਹੈ। ਦੋਸਤੋ, ਸਾਡਾ ਰਾਬਤਾ ਨੰਬਰ 0311-65-1132, 0311-65-1132, ਇਸ ਨੰਬਰ 'ਤੇ ਹੀ ਵਟਸਐਪ ਬਣੀ ਹੈ। ਦੋਸਤੋ, ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜ਼ਿੰਦਗੀ ਰਹੀ ਤਾਂ ਮਿਲਾਂਗੇ ਇੱਕ ਨਈ ਵੀਡੀਓ ਦੇ ਨਾਲ, ਆਪਣੇ ਮੇਜ਼ਬਾਨ ਫੈਸਲ ਜੋਈਆਂ ਦਿਓ ਇਜਾਜ਼ਤ, ਅੱਲਾ ਹਾਫਿਜ਼।